ਪੰਜਾਬੀ ਸਟੱਡੀ ਪੁਆਇੰਟ 60 ਜੀ ਵੇਖ ਰਹੇ ਸਾਰੇ ਹੀ ਵਿਊਰਸ ਇਸ ਚੈਨਲ 'ਤੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ। ਮੈਂ ਅਮਰਜੀਤ ਕੌਰ ਅਗਲੀ ਵੀਡੀਓ ਲੈ ਕੇ ਆਪ ਜੀ ਦੇ ਸਨਮੁੱਖ ਪੇਸ਼ ਹੈਗੇ ਹਾਂ ਅਤੇ ਇਸ ਵੀਡੀਓ ਵਿੱਚ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ BA ਦੇ ਸੈਕਿੰਡ ਸਮੈਸਟਰ ਦੀ ਚੋਣਵੀਂ ਪੰਜਾਬੀ ਦੀ ਦੇ ਵਿਸ਼ੇ ਦਾ ਪਾਠਕ੍ਰਮ ਸਿਲੇਬਸ ਆਪਾਂ ਥੋੜ੍ਹਾ ਜਿਹਾ ਡਿਸਕਸ ਕਰਨਾ ਹੈਗਾ। ਤਾਂ ਇਸ ਪੇਪਰ ਦੇ ਕੁੱਲ ਅੰਕ 100 ਨੇ ਅਤੇ ਲਿਖਤੀ ਅੰਕ 90 ਹਨ। ਬਾਕੀ ਤੁਹਾਡੇ ਅਧਿਆਪਕਾਂ ਨੇ ਇੰਟਰਨਲ ਅਸੈਸਮੈਂਟ ਭੇਜਣੀ ਹੈ 10 ਨੰਬਰ ਦੀ ਅਤੇ ਇਸ ਪੇਪਰ ਨੂੰ ਸੋਲਵ ਕਰਨ ਦਾ ਸਮਾਂ ਹੋਵੇਗਾ 3 ਘੰਟੇ ਦਾ। ਪਾਠਕ੍ਰਮ ਦੇ ਵਿੱਚ ਦਰਜ ਜੋ ਭਾਗ ਹੈਗੇ ਨੇ ਉਹ ਇਸ ਤਰ੍ਹਾਂ ਹੈਗੇ ਨੇ। ਪਹਿਲਾ ਹੈ ਆਧੁਨਿਕ ਪੰਜਾਬੀ ਕਵਿਤਾ ਦਾ ਅਧਿਐਨ, ਇਹ 25 ਨੰਬਰਾਂ ਦਾ ਹੈ ਬੇਟਾ। ਅਤੇ ਦੂਸਰੇ ਨੰਬਰ 'ਤੇ ਹੈ ਪੰਜਾਬੀ ਨਾਵਲ, ਇਹ ਵੀ 25 ਨੰਬਰਾਂ ਦਾ। ਅਤੇ ਪੰਜਾਬੀ ਸਾਹਿਤ ਦਾ ਇਤਿਹਾਸ 1901 ਤੋਂ ਲੈ ਕੇ 2000 ਤੱਕ, ਇਹ 20 ਅੰਕਾਂ ਦਾ। ਭਾਰਤੀ ਕਾਵਿ ਸ਼ਾਸਤਰ 10 ਅੰਕ, ਸਾਹਿਤ ਆਲੋਚਨਾ ਇਹ ਵੀ 10 ਅੰਕ। ਹੁਣ ਆਪਾਂ ਇਸਦਾ ਵਿਸਥਾਰ ਸਾਹਿਤ ਪੜ੍ਹਦੇ ਹੈਗੇ ਹਾਂ ਵੀ ਕੀ ਅੱਗੋਂ ਹੈਗਾ। ਤਾਂ ਇਸ ਕੋਰਸ ਦੇ ਵਿੱਚ ਪਹਿਲੀ ਜੋ ਪਾਠ ਪੁਸਤਕ ਹੈ ਉਹ ਹੈ ਨਕਸ਼ ਨੁਹਾਰ, ਭਾਵ ਆਧੁਨਿਕ ਪੰਜਾਬੀ ਕਵਿਤਾ ਦਾ ਅਧਿਐਨ ਹੈ ਜੋ ਉਸ ਲਈ ਤੁਹਾਡੀ ਨਿਰਧਾਰਿਤ ਪਾਠ ਪੁਸਤਕ ਹੈ ਨਕਸ਼ ਨੁਹਾਰ, ਜਿਸ ਦੇ ਸੰਪਾਦਕ ਹੈਗੇ ਨੇ ਡਾਕਟਰ ਜਸਵਿੰਦਰ ਸਿੰਘ। ਆਧੁਨਿਕ ਪੰਜਾਬੀ ਕਵਿਤਾ 1901 ਤੋਂ 2000 ਈਸਵੀ ਤੱਕ, ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਤਾਂ ਇਸ ਪਾਠ ਪੁਸਤਕ ਦੇ ਵਿੱਚ ਜਿਹੜੇ ਕਵੀ ਆਪਣੇ ਸਿਲੇਬਸ ਦੇ ਵਿੱਚ ਨੇ ਉਹ ਹੈਗੇ ਨੇ ਪਾਸ਼, ਸੰਤ ਰਾਮ ਉਦਾਸੀ, ਸੁਰਜੀਤ ਪਾਤਰ, ਜਸਵੰਤ ਦੀਦ, ਨਵਤੇਜ ਭਾਰਤੀ, ਸੁਖਵਿੰਦਰ ਅੰਮ੍ਰਿਤ, ਦਰਸ਼ਨ ਬੁਲੰਦਵੀ, ਜਸਵਿੰਦਰ, ਸੁਖਪਾਲ। ਅਤੇ ਦੂਸਰਾ ਜੋ ਨਿਰਧਾਰਿਤ ਪਾਠ ਪੁਸਤਕ ਹੈ ਉਹ ਹੈ ਬਲ ਦੇ ਦੀਵੇ, ਇਸਨੂੰ ਰਜ਼ੀਆ ਨੂਰ ਮੁਹੰਮਦ ਨੇ ਲਿਖਿਆ ਹੈ, ਦੀਪਕ ਪਬਲਿਸ਼ਰਸ ਜਲੰਧਰ ਨੇ ਇਸਨੂੰ ਪਬਲਿਸ਼ ਕੀਤਾ ਹੈ। ਅਤੇ ਯੂਨਿਟ ਅਤੇ ਥੀਮ, ਹੁਣ ਆਪਾਂ ਦੇਖਣਾ ਵੀ ਕੁਸ਼ਚਨ ਪੇਪਰ ਕਿਸ ਤਰ੍ਹਾਂ ਦਾ ਹੋਵੇਗਾ ਅਤੇ ਉਹਦੇ ਵਿੱਚ ਕਿਸ ਤਰ੍ਹਾਂ ਦਾ ਸਾਨੂੰ ਪ੍ਰਸ਼ਨ ਪੁੱਛੇ ਗਏ ਹੋਣਗੇ। ਪਹਿਲਾ ਕੁਸ਼ਚਨ ਹੈ ਜੀ, ਉਸਦੇ ਦੋ ਭਾਗ ਨੇ ਹਮੇਸ਼ਾ ਦੀ ਤਰ੍ਹਾਂ। ਕੂੜਾ ਭਾਗ ਦੇ ਵਿੱਚੋਂ ਨਕਸ਼ ਨੁਹਾਰ ਕਾਵਿ ਪੁਸਤਕ ਦੇ ਵਿੱਚੋਂ ਪ੍ਰਸੰਗ ਦੱਸ ਕੇ ਵਿਆਖਿਆ ਹੈਗੀ ਆ 10 ਨੰਬਰਾਂ ਦੀ, ਦੋ ਪੈਰਾਗ੍ਰਾਫ ਦਿੱਤੇ ਹੋਣਗੇ ਅਤੇ ਉਹਦੇ ਵਿੱਚ ਤੁਸੀਂ ਇੱਕ ਸੋਲਵ ਕਰਨਾ ਹੈ, ਇਹ 10 ਨੰਬਰ ਦਾ ਹੋਵੇਗਾ। ਐੜਾ ਭਾਗ ਦੇ ਵਿੱਚ ਕਾਵਿ ਸੰਗ੍ਰਹਿ ਵਿੱਚੋਂ ਕਿਸੇ ਇੱਕ ਕਵਿਤਾ ਦਾ ਵਿਸ਼ਾ ਵਸਤੂ ਜਾਂ ਥੀਮ ਸਪਸ਼ਟ ਕਰਨਾ ਹੈ, ਇਹ ਵੀ ਦੋ ਜਿਹੜਾ ਹੈ ਵਿਸ਼ੇ ਦਿੱਤੇ ਹੋਣਗੇ, ਦੋਨਾਂ ਵਿੱਚੋਂ ਤੁਸੀਂ ਇੱਕ ਨੂੰ ਸੋਲਵ ਕਰਨਾ ਹੈ, ਤਾਂ ਇਹ ਵੀ 10 ਨੰਬਰਾਂ ਦਾ ਹੈਗਾ। ਕਹਿਣ ਦਾ ਭਾਵ ਕੀ ਹੈ, ਤੁਸੀਂ ਜੋ ਕਵਿਤਾਵਾਂ ਨੇ ਉਹਨਾਂ ਦੀ ਪ੍ਰਸੰਗ ਦੱਸ ਕੇ ਵਿਆਖਿਆ ਅਤੇ ਵਿਸ਼ਾ ਵਸਤੂ ਦੋਨੋਂ ਚੰਗੀ ਤਰ੍ਹਾਂ ਯਾਦ ਕਰ ਲਵੋ ਤਾਂ ਤੁਹਾਡੇ 20 ਨੰਬਰ ਪੱਕੇ ਹੋ ਜਾਣਗੇ। ਅੱਗੇ ਹੈ ਦੂਸਰਾ ਕੁਸ਼ਚਨ। ਦੂਸਰੇ ਕੁਸ਼ਚਨ ਦੇ ਵੀ ਅੱਗੋਂ ਦੋ ਭਾਗ ਨੇ। ਦੂਸਰੇ ਕੁਸ਼ਚਨ ਦਾ ਊੜਾ ਭਾਗ ਹੈ, ਬਲ ਦੇ ਦੀਵੇ ਨਾਵਲ ਵਿੱਚੋਂ ਪ੍ਰਮੁੱਖ ਘਟਨਾਵਾਂ ਸੰਬੰਧੀ ਪ੍ਰਸ਼ਨ ਨੇ ਅਤੇ ਇਹ ਦੋ ਦਿੱਤੇ ਹੋਣਗੇ, ਇਹਨਾਂ ਵਿੱਚੋਂ ਤੁਸੀਂ ਇੱਕ ਪ੍ਰਸ਼ਨ ਹੱਲ ਕਰਨਾ ਹੋਵੇਗਾ ਅਤੇ ਇਹ 10 ਨੰਬਰਾਂ ਦਾ ਹੋਵੇਗਾ। ਐੜਾ ਭਾਗ ਨਾਵਲ ਦੀ ਸਾਹਿਤਕ ਪਰਖ, ਵਿਸ਼ਾ ਵਿਧੀ ਵੀ ਹੋ ਸਕਦੀ ਹੈ, ਪਲਾਟ ਵੀ ਹੋ ਸਕਦਾ, ਪਾਤਰ ਚਿਤਰਨ ਵੀ ਹੋ ਸਕਦਾ, ਇਹਨਾਂ ਸੰਬੰਧੀ ਪ੍ਰਸ਼ਨ ਪੁੱਛੇ ਜਾ ਸਕਦੇ ਹੈਗੇ ਨੇ ਅਤੇ ਇਹ 10 ਨੰਬਰ ਦਾ ਪ੍ਰਸ਼ਨ ਹੋਵੇਗਾ ਤੁਹਾਡਾ। ਤਾਂ ਇਸ ਤਰ੍ਹਾਂ ਮਤਲਬ ਕਹਿਣ ਦਾ ਭਾਵ ਕੀ ਹੈ, ਪਹਿਲਾਂ ਪ੍ਰਮੁੱਖ ਘਟਨਾਵਾਂ ਸੰਬੰਧੀ ਪ੍ਰਸ਼ਨ ਨੇ ਉਹ 10 ਨੰਬਰਾਂ ਦੇ, ਅਤੇ ਦੂਸਰਾ ਹੈ ਸਾਹਿਤਕ ਪਰਖ, ਭਾਵ ਵਿਧੀ ਹੈ, ਪਲਾਟ ਹੈ, ਪਾਤਰ ਚਿਤਰਨ ਹੈ, ਇਹਦੇ ਵੀ ਤੁਹਾਨੂੰ 10 ਨੰਬਰ ਮਿਲਣੇ ਹੈਗੇ ਨੇ। ਅਤੇ ਕਾਵਿ ਸੰਗ੍ਰਹਿ ਅਤੇ ਨਾਵਲ ਵਿੱਚੋਂ ਲਘੂ ਉੱਤਰ ਵਾਲੇ ਪ੍ਰਸ਼ਨ ਉੱਤਰ,
ਹੁਣ ਇਹ ਛੋਟੇ ਪ੍ਰਸ਼ਨ ਉੱਤਰ ਨੇ ਅਤੇ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ 8 ਪ੍ਰਸ਼ਨ ਮਿਲਣਗੇ ਅਤੇ 8 ਪ੍ਰਸ਼ਨ ਨੇ ਜਿਹੜੇ 4 ਤਾਂ ਹੈਗੇ ਨੇ ਕਾਵਿ ਸੰਗ੍ਰਹਿ ਦੇ ਵਿੱਚ ਆਉਣੇ ਨੇ ਅਤੇ 4 ਨਾਵਲ ਵਿੱਚ ਆਉਣੇ ਨੇ ਅਤੇ ਉਹਨਾਂ ਦੇ ਵਿੱਚੋਂ ਤੁਸੀਂ ਕਿਸੇ 5 ਦਾ ਉੱਤਰ ਦੇਣਾ ਹੈਗਾ ਅਤੇ ਉੱਤਰ 3-4 ਸਤਰਾਂ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ। ਹਰੇਕ ਪ੍ਰਸ਼ਨ ਦੇ ਤੁਹਾਨੂੰ 2 ਨੰਬਰ ਮਿਲਣਗੇ ਤਾਂ ਇਸ ਤਰ੍ਹਾਂ ਇਹ ਪ੍ਰਸ਼ਨ ਵੀ 10 ਨੰਬਰਾਂ ਦਾ ਹੋਵੇਗਾ ਅਤੇ ਇਹਦੇ ਨਾਲ ਕੀ ਹੋ ਗਿਆ ਵੀ ਹਰੇ ਪਾਠ ਪੁਸਤਕ ਦੇ ਵਿੱਚੋਂ 10-10 20 ਅਤੇ 5 ਇੱਥੋਂ ਹੋ ਗਏ 25-25 ਨੰਬਰ ਦੀ ਇਹ ਬਲਦ ਦੀ ਵੀ ਪਾਠ ਪੁਸਤਕ ਹੋ ਗਈ ਅਤੇ 25 ਨੰਬਰ ਨਕਸ਼ ਨੁਹਾਰ ਦੇ ਵਿੱਚ ਹੋ ਗਏ। ਠੀਕ ਆ, ਅੱਗੇ ਚੌਥਾ ਕੁਸ਼ਚਨ। ਚੌਥਾ ਕੁਸ਼ਚਨ ਹੈ ਪੰਜਾਬੀ ਸਾਹਿਤ ਦਾ ਇਤਿਹਾਸ 1901 ਤੋਂ 2000 ਈਸਵੀ ਤੱਕ ਨਾਵਲ ਕਹਾਣੀ ਅਤੇ ਸਫ਼ਰਨਾਮਾ ਸਾਹਿਤ ਵਿੱਚੋਂ ਇਤਿਹਾਸ ਦੇ ਨਾਲ ਸੰਬੰਧਿਤ ਸੰਖੇਪ ਉੱਤਰ ਵਾਲੇ ਪ੍ਰਸ਼ਨ ਹੈਗੇ ਨੇ ਅਤੇ ਇਹ ਜਿਹੜੇ ਹੈਗੇ ਨੇ 6 ਪ੍ਰਸ਼ਨ ਹੋਣਗੇ, ਉਹਨਾਂ ਵਿੱਚੋਂ ਕੋਈ 4 ਦਾ ਤੁਸੀਂ ਉੱਤਰ ਦੇਣਾ ਅਤੇ ਹਰੇਕ ਜਿਹੜਾ ਪ੍ਰਸ਼ਨ ਹੈ ਉਹ 5 ਨੰਬਰਾਂ ਦਾ ਹੋਊਗਾ ਅਤੇ ਕੁੱਲ ਅੰਕ 20 ਨੇ ਤੁਹਾਡੇ ਇਸ ਪ੍ਰਸ਼ਨ ਦੇ ਅਤੇ ਉੱਤਰ ਜਿਹੜਾ ਹੈ 50 ਸ਼ਬਦਾਂ ਤੋਂ ਵੱਧ ਨਹੀਂ ਹੋਣਾ ਚਾਹੀਦਾ। ਕਹਿਣਾ ਮਤਲਬ ਬਹੁਤ ਲੰਬਾ ਚੌੜਾ ਨਹੀਂ ਲਿਖਣਾ ਹੈਗਾ, ਅਸੀਂ 50 ਕੁ ਸ਼ਬਦਾਂ ਦਾ ਲਿਖਣਾ ਹੈਗਾ। ਅਗਲਾ ਪ੍ਰਸ਼ਨ ਹੈ ਭਾਰਤੀ ਕਾਵਿ ਸ਼ਾਸਤਰ, ਇਹਦੇ ਵਿੱਚ ਧੁਨੀ ਸੰਪਰਦਾਇ ਹੈ, ਅਲੰਕਾਰ ਸੰਪਰਦਾਇ ਹੈ, ਇਹਨਾਂ ਦੋਹਾਂ ਦੇ ਨਾਲ ਮੁੱਢਲੀ ਜਾਣ ਪਛਾਣ ਵਾਲੇ ਪ੍ਰਸ਼ਨ ਹੈਗੇ ਨੇ ਅਤੇ ਇਹ ਵੀ ਜਿਹੜੇ ਹੈਗੇ ਨੇ 10 ਨੰਬਰਾਂ ਦਾ ਹੈ। 2 ਪ੍ਰਸ਼ਨ ਆਉਣਗੇ ਤੁਹਾਨੂੰ ਅਤੇ 1 ਕਰਨਾ ਹੈ। ਕਹਿਣ ਦਾ ਮਤਲਬ ਕਿ ਤੁਹਾਡੇ ਕੋਲ ਬਹੁਤਾ ਲੰਮਾ ਚੌੜਾ ਇਹਦਾ ਸਿਲੇਬਸ ਨਹੀਂ ਹੈਗਾ, 2 ਹੀ ਕੁਸ਼ਚਨ ਨੇ ਅਤੇ ਤੁਸੀਂ ਯਾਦ ਕਰ ਲਿਓ। ਠੀਕ ਹੈ, ਕੋਈ ਵੀ ਹੱਲ ਕਰ ਲੈਣਾ ਹੈਗਾ। ਠੀਕ ਹੈ, 10 ਨੰਬਰਾਂ ਦਾ। ਅੱਗੇ ਹੈ ਸਾਹਿਤ ਆਲੋਚਨਾ, ਤਾਂ ਇਸ ਭਾਗ ਦੇ ਵਿੱਚੋਂ ਸਾਹਿਤ ਦੀ ਪਰਿਭਾਸ਼ਾ ਪੁੱਛੀ ਜਾ ਸਕਦੀ ਹੈ, ਸਾਹਿਤ ਦੀ ਪ੍ਰਕਿਰਤੀ, ਇਸਦਾ ਪ੍ਰਯੋਜਨ ਅਤੇ ਇਸਦੇ ਤੱਤ, ਇਹਦੇ ਨਾਲ ਸੰਬੰਧਿਤ 2 ਪ੍ਰਸ਼ਨ ਪੁੱਛੇ ਜਾਣਗੇ ਅਤੇ ਉਹਨਾਂ ਵਿੱਚੋਂ ਤੁਸੀਂ 1 ਹੱਲ ਕਰਨਾ ਹੈ ਜਿਸ ਦੇ ਕੁੱਲ ਅੰਕ 10 ਹੋਣਗੇ। ਤਾਂ ਇਹ ਤਾਂ ਸੀਗਾ ਆਪਣਾ ਪ੍ਰਸ਼ਨ ਪੱਤਰ ਦਾ ਪੂਰਾ ਪੈਟਰਨ ਜੋ ਸਾਨੂੰ ਪੇਪਰ ਦੇ ਵਿੱਚ ਆਉਣਾ ਹੈ, ਜਾਂ ਫਿਰ ਅਸੀਂ ਸਿਲੇਬਸ ਵੀ ਕਹਿ ਸਕਦੇ ਹੈਗੇ ਹਾਂ। ਵਿਦਿਆਰਥੀਆਂ ਦੀ ਕਹਿਣ 'ਤੇ ਇਸ ਵੀਡੀਓ ਬਣਾਈ ਗਈ ਹੈਗੀ ਹੈ, ਵੈਸੇ ਤਾਂ ਕਿਉਂਕਿ ਅੱਜ ਇਗਜ਼ਾਮ ਹੈਗਾ ਤਾਂ ਇਹ ਬਹੁਤਾ ਮੈਂ ਕਹੂੰਗੀ ਵੀ ਠੋਸ ਗੱਲ ਨਹੀਂ ਹੈਗੀ, ਪਰ ਕਿਉਂਕਿ ਮੈਂ ਪਹਿਲਾਂ ਸਿਲੇਬਸ ਅਪਲੋਡ ਨਹੀਂ ਕੀਤਾ ਹੋਇਆ ਹੈਗਾ ਕਿਉਂਕਿ ਇਸ ਵਿਸ਼ੇ ਦਾ ਕੰਮ ਮੈਂ ਬਹੁਤ ਘੱਟ ਕਰਵਾਇਆ ਹਲੇ, ਅਤੇ ਫਿਰ ਵੀ ਮੈਂ ਅੱਗੋਂ ਇਹ ਸਾਰਾ ਕੰਮ ਪੂਰਾ ਕਰਵਾਉਂਗੀ, ਐਸੀ ਗੱਲ ਨਹੀਂ। ਅਤੇ ਵਿਦਿਆਰਥੀਆਂ ਦੀ ਲੋੜ ਨੂੰ ਮੁੱਖ ਰੱਖ ਕੇ ਸਿਲੇਬਸ ਬਣਾਇਆ ਹੈਗਾ। ਅਤੇ ਇਸ ਚੈਨਲ ਦੇ ਉੱਤੇ ਬਲਦ ਦੀਵੇ ਨਾਵਲ ਦਾ ਵਿਸ਼ਾ ਅਤੇ ਇਸਦੀ ਸਾਹਿਤਕ ਪੜਚੋਲ ਇਸ ਦਾ ਪ੍ਰਸ਼ਨ ਪਾਇਆ ਹੋਇਆ ਹੈ ਅਤੇ 2 ਪਾਤਰਾਂ ਦਾ ਪਾਤਰ ਚਿਤਰਨ ਵੀ ਅਪਲੋਡ ਕੀਤਾ ਹੋਇਆ ਹੈ। ਅਤੇ ਇਸ ਤੋਂ ਇਲਾਵਾ 2 ਸ਼ੋਰਟ ਵੀਡੀਓਜ਼ ਪਾਈਆਂ ਹੋਈਆਂ ਨੇ ਬੇਟੇ ਮਾਡਲ ਟੈਸਟ ਪੇਪਰਸ ਦੀਆਂ, ਉਹ ਵੀ ਤੁਹਾਨੂੰ ਤੁਹਾਡੇ ਪੇਪਰ ਦੀ ਤਿਆਰੀ ਲਈ ਕਾਫੀ ਹੈਲਪ ਕਰ ਸਕਦੀਆਂ ਨੇ ਅਤੇ ਤੁਸੀਂ ਉਹ ਵੀ ਜ਼ਰੂਰ ਦੇਖਣਾ ਸ਼ੋਰਟਸ ਦੇ ਵਿੱਚ ਜਾ ਕੇ। ਅਤੇ ਉਮੀਦ ਕਰਦੀ ਹੈਗੀ ਹਾਂ ਕਿ ਤੁਹਾਡੀ ਜਿਹੜੀ ਹੈਗੀ ਆ ਸਿਲੇਬਸ ਦੀ ਜਾਣਕਾਰੀ ਬਾਰੇ ਬਣਾਈ ਗਈ ਵੀਡੀਓ ਤੁਹਾਨੂੰ ਚੰਗੀ ਲੱਗੂਗੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਿਓ, ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ। ਜੇਕਰ ਇਸ ਚੈਨਲ 'ਤੇ ਨਵੇਂ ਆਏ ਹੈਗੇ ਹਾਂ ਤਾਂ ਚੈਨਲ ਦੀ ਪਲੇਲਿਸਟ ਹਰ ਹਾਲਤ ਵਿੱਚ ਵਾਚਣਾ। ਇਸ ਚੈਨਲ 'ਤੇ 1 ਨਾਲੋਂ ਵੱਧ ਕਲਾਸਿਸ ਦਾ ਕੰਮ ਪਾਇਆ ਹੋਇਆ ਹੈਗਾ ਬੇਟੇ, ਅਤੇ ਜਿਹੜਾ ਵਿਆਕਰਨ ਦਾ ਕੰਮ ਹੈ ਉਹ ਹਰੇਕ ਵਿਦਿਆਰਥੀ ਲਈ, ਭਾਵੇਂ ਉਹ ਸਕੂਲ ਲੈਵਲ 'ਤੇ ਪੜ੍ਹ ਰਿਹਾ ਹੋਵੇ, ਭਾਵੇਂ ਉਹ ਕਾਲਜ ਲੈਵਲ 'ਤੇ ਪੜ੍ਹ ਰਿਹਾ ਹੋਵੇ, ਭਾਵੇਂ ਉਹ ਕਿਸੇ ਕੰਪੀਟੀਸ਼ਨ ਦੀ ਤਿਆਰੀ ਕਰ ਰਿਹਾ ਹੋਵੇ, ਹਰੇਕ ਵਿਦਿਆਰਥੀ ਲਈ ਲਾਭਦਾਇਕ ਹੁੰਦਾ ਹੈਗਾ। ਅਤੇ ਤੁਸੀਂ ਵਿਆਕਰਨ ਵਾਲੀ ਜਿਹੜਾ ਹੈ ਪਲੇਲਿਸਟ ਜ਼ਰੂਰ ਖੋਲ੍ਹ ਕੇ ਵੇਖ ਲੈਣਾ ਤਾਂ ਕਿ ਤੁਹਾਨੂੰ ਉਹਦੇ ਬਾਰੇ ਪੂਰੀ ਜਾਣਕਾਰੀ ਹੋ ਜਾਵੇ। ਅਤੇ ਜੇਕਰ ਕੋਈ ਵੀ ਵੀਡੀਓ ਤੁਹਾਡੀ ਪੜ੍ਹਾਈ ਦੇ ਲਿਹਾਜ਼ ਦੇ ਨਾਲ ਤੁਹਾਨੂੰ ਲਾਭਦਾਇਕ ਲੱਗੀ ਤਾਂ ਫਿਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਸ ਚੈਨਲ ਨੂੰ
ਜਿਹੜਾ ਹੈ ਸਬਸਕ੍ਰਾਈਬ ਕੀਤੇ ਬਿਨਾਂ ਬਿਲਕੁਲ ਨਾ ਜਾਣਾ। ਅਤੇ ਸਬਸਕ੍ਰਾਈਬ ਕਰਦੇ ਸਮੇਂ ਬੇਟਾ ਪਲੇ ਜਿਹੜਾ ਬੈੱਲ ਆਈਕਨ ਜ਼ਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਰੋਜ਼ਾਨਾ ਅਪਲੋਡ ਕੀਤੀਆਂ ਜਾਣ ਵਾਲੀਆਂ ਵੀਡੀਓਜ਼ ਬਾਰੇ ਨੋਟੀਫਿਕੇਸ਼ਨ ਨਾਲੋਂ ਨਾਲ ਮਿਲਦੀ ਰਹੇ। ਫਿਰ ਮਿਲਦੇ ਹੈਗੇ ਅਗਲੀ ਵੀਡੀਓ।